ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਬਚਨਾਂ ਦੀ ਸੰਗਤ ਮਨ ਦੇ ਖਿਆਲਾਂ ਤੇ ਵਲਵਲਿਆ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰੇ ਪ੍ਰਗਟਾਵੇ ਨੂੰ ਬਚਨ अथवा ਬੋਲੀ ਕਿਹਾ ਗਿਆ ਹੈ ਸਾਡੇ ਖਿਆਲਾਂ ਦੀ ਰੰਗਤ ਅਨਸਾਰ ਸਾਡੇ ਬਚਨਾਂ ਦੀ ਰੰਗਤ ਹੁੰਦੀ ਹੈ ਹਾਂਜੀ ਸਾਡੇ ਖਿਆਲਾਂ ਦੀ ਰੰਗਤ ਅਨਸਾਰ ਸਾਡੇ ਬਚਨਾਂ ਦੀ ਰੰਗਤ ਆਉਂਦੀ ਹੈ ਜਿਹਾ ਕਿ ਆਦਰ ਭਾਵ ਸ਼ਰਧਾ ਤੇ ਪਿਆਰ ਦੇ ਬਲਵਲਿਆਂ ਦੇ ਪ੍ਰਗਟਾਵੇ ਲਈ ਸ਼ਾਂਤਮਈ ਸੁਹਾਵਣੇ ਕੋਮਲ ਮਿੱਠੇ ਬਚਨ ਸਹਿਜ ਸੁਭਾਏ ਮੂੰਹ ਵਿੱਚੋਂ ਨਿਕਲਦੇ ਹਨ ਜਿਸ ਨਾਲ ਮਨ ਵਿੱਚ ਸਤਕਾਰ ਪਿਆਰ ਠੰਡ ਅਤੇ ਸ਼ਰਧਾ ਭਾਵਨੀ ਉਪਜਦੀ ਹੈ ਇਸ ਦੇ ਉਲਟ ਈਰਖਾ ਦੁਐਤ ਕ੍ਰੋਧ ਕਿਰਣਾ ਦੇ ਬਲਵਲਿਆਂ ਦੇ ਪ੍ਰਗਟਾਵੇ ਲਈ ਕਠੋਰ ੋੜੇ ਫਿੱਕੇ ਤੇ ਹਿਰਦੇ ਵੇਧਕ ਬਚਨ ਵਰਤੇ ਜਾਂਦੇ ਹਨ ਜਿਸ ਨਾਲ ਵੈਰ ਵਿਰੋਧ ਈਰਖਾ ਦ્વੈਤ ਸ਼ੱਕ ਸਾੜਾ ਕਰਨਾ ਤੇ ਬਦਲੇ ਦੀਆਂ ਭਾਵਨਾਵਾਂ ਪੋਜਦੀਆਂ ਹਨ ਤੇ ਤਿੱਖਣ ਹੁੰਦੀਆਂ ਹਨ ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿੰ ਪਲ ਵਿੱਚ ਸੁਣੇ ਤੇ ਸੁਣਾਏ ਜਾਂਦੇ ਹਨ ਪਰ ਇਹਨਾਂ ਬਚਨਾਂ अथवा ਬੋਲਾਂ ਦਾ ਅਸਰ ਮਨ ਉਤੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਬੇਅੰਤ ਸਮੇਂ ਤਾਈਂ ਇਹਨਾਂ ਮਾਨਸਿਕ ਜ਼ਖਮਾਂ ਦੀਆਂ ਚੀਸਾਂ ਪੁਗਤਦੇ ਹਾਂ ਐਸੇ ਤਾਣੇ ਮੇਣੇ ਵਾਲੇ ਤਿੱਖਣ ਬੋਲਾਂ ਨੂੰ ਮੁੜ-ਮੁੜ ਯਾਦ ਕਰਕੇ ਮਾਨਸਿਕ ਜ਼ਖਮਾਂ ਨੂੰ ਤਾਜ਼ਾ ਕਰੀ ਜਾਂਦੇ ਹਾਂ ਤੇ ਇਹਨਾਂ ਦੀਆਂ ਗਹਿਰੀਆਂ ਤਿੱਖਣ ਚੀਸਾਂ ਵਿੱਚ ਸੜਦੇ ਬਲਦੇ ਤੇ ਕੁਲਜਦੇ ਰਹਿੰਦੇ ਹਾਂ ਐਸੇ ਕਠੋਰ ਬਚਨਾਂ ਨੂੰ ਸੁਣਨਾ ਸੁਣ ਕੇ ਉਹਨਾਂ ਦਾ ਅਸਰ ਕਬੂਲ ਕਰਨਾ ਅਤੇ ਮੁੜ ਮੁੜ ਕੇ ਉਹਨਾਂ ਬੋਲਾਂ ਨੂੰ ਘੋਟਣਾ ਹੀ ਬਚਨਾਂ ਰਾਹੀਂ ਕੋ ਸੰਗਤ ਕਰਨੀ ਹੈ। ਕਠੋਰ ਬਚਨਾਂ ਨੂੰ ਸੁਣਨਾ ਫਿਰ ਸੁਣ ਕੇ ਉਹਨਾਂ ਦਾ ਅਸਰ ਕਬੂਲ ਕਰਕੇ ਉਹਨਾਂ ਨੂੰ ਮੁੜ ਮੁੜ ਉਹਨਾਂ ਬੋਲਾਂ ਨੂੰ ਘੋਟਣਾ ਹੀ ਬਚਨਾਂ ਰਾਹੀਂ ਕੋ ਸੰਗਤ ਕਰਨੀ ਹੈ। ਉਦਾਹਰਣ ਦੇ ਤੌਰ ਤੇ ਕਿਸੇ ਸਸਦ ਦੁਆਰਾ ਨੂੰ ਨੂੰ ਕੋਈ ਤਾਨਿਆਂ ਮਾਰਿਆ ਜਾਵੇ ਕਿ ਕੁਲਖਣੀ ਕੁਚਜੀ ਆਦੀ ਸਸ ਦੇ ਐਸੇ ਮੀਣੇ अथवा ਬਚਨਾ ਦੇ ਤੀਰ ਨੂਹ ਦੇ ਮਨ ਚਿਤ ਹਿਰਦੇ ਦੀਆਂ ਡੂੰਘਾਈਆਂ ਵਿੱਚ ਤਸਵਸ ਰਸ ਜਾਂਦੇ ਹਨ ਜਿਨ੍ਹਾਂ ਨੂੰ ਨਿੱਤਾ ਪ੍ਰਤੀ ਮੁੜ ਮੁੜ ਯਾਦ ਕਰਕੇ ਨੂਹ ਕਿਰਨਾ ਤੇ ਕੁਲ ਜਣਾ ਦੇ ਪਾਠ ਵਿੱਚ ਆਪ ਸੜਦੀ ਬਲਦੀ ਰਹਿੰਦੀ ਹੈ ਜਿਸ ਦੇ ਨਤੀਜੇ ਵਜੋਂ ਪੇਕੇ ਸੋਰੇ ਦੇ ਦੋਹਾਂ ਪਰਿਵਾਰਾਂ ਵਿੱਚ ਵੈਰ ਵਿਰੋਧ ਅਤੇ ਕਿਰਨਾ ਦੁਆਰਾ ਪਾੜਾ ਵੱਦਾ ਜਾਂਦਾ ਹੈ ਇਸ ਤਰ੍ਹਾਂ ਜਿਤਨੀ ਤੀਖਣ ਭਾਵਨਾ ਨਾਲ ਤਾਨੇ ਮੇਨੇ अथवा ਬੋਲਾਂ ਦੇ ਤੀਰ ਮਾਰੇ ਜਾਂਦੇ ਹਨ ਸੁਣਨ ਵਾਲੇ ਦੇ ਮਨ ਚਿਤ ਵਿੱਚ ਉਤਨਾ ਹੀ ਗਹਿਰਾ ਜ਼ਖਮ ਹੋ ਜਾਂਦਾ ਹੈ ਜਿਸ ਨੂੰ ساری ਉਮਰ ਯਾਦ ਦੁਆਰਾ ਕੋਟ-ਕੋਟ ਕੇ અત્યੰਤ ਦੁਖੀ ਹੁੰਦੇ ਰਹਿੰਦੇ ਹਨ ਦੂਜੇ ਲਫ਼ਜ਼ਾਂ ਵਿੱਚ ਇਸ ਤਰ੍ਹਾਂ ਦੇ ਕਿਰਨਾਵਾਲੇ ਮੇਨੇ अथवा ਬਚਨਾਂ ਨੂੰ ਨਿਤਾ ਪ੍ਰਤੀ ਯਾਦ ਕਰਕੇ अथवा ਕੋਟ-ਕੋਟ ਕੇ અત્યੰਤ ਤੀਖਣ ਦੇ ਸ਼ਕਤੀਮਾਨ ਬਣਾ ਲੈਂਦੇ ਹਨ ਜਿਸ ਦੀ ਨੋਕ ਖੋਹਰ ਦੇ ਕੰਡੇ ਵਾਂਗ ਹਰ ਵਾਰ ਯਾਦ अथवा ਸੰਗਤ ਕਰਦੇ ਆਂ ਹੋਰ ਡੂੰਗੀ ਨਿਗਰਦੀ ਜਾਂਦੀ ਹੈ ਇਸ ਤਰ੍ਹਾਂ ਜਿਉਂ-ਜਿਉਂ ਚਲੇ ਚੁਬੈ ਦੁੱਖ ਪਾਵੇ ਵਾਲੀ ਹਾਲਤ ਹੋ ਜਾਂਦੀ ਹੈ ਅਤੇ ਕਿਰਨਾ ਦੀਆਂ ਜ਼ਹਿਰੀਲੀਆਂ ਭਾਵਨਾਵਾਂ ਵਿੱਚ ਸੜਦੇ ਬਲਦੇ ਤੇ ਕੁਲਜ ਦੇ ਨਰਕ ਭੋਗਦੇ ਰਹਿੰਦੇ ਹਨ ਇੱਥੇ ਦਰੋਪਤੀ ਦਾ ਇਤਿਹਾਸ ਇੱਕ ਉਦਾਹਰਣ ਵੀ ਠੀਕ ਟੁਕਦਾ ਹੈ ਕਿ ਇੱਕ ਸਮੇਂ ਜਦੋਂ ਮਖੌਲ ਨਾਲ ਉਸਨੇ ਕਿਹਾ ਕਿ ਅਨਿਆਂ ਦੇ ਅਨੇ ਹੀ ਹੁੰਦੇ ਹਨ ਤਾਂ ਇਹ ਬੋਲ ਤੀਖਣ ਬਾਣ ਵਾਂਗ ਜਾ ਲਗੇ ਤੇ ਇਸ ਇੱਕ ਬਚਨ ਦੀ ਕੁਸੰਗਤ ਦਾ ਇਤਨਾ ਗੂੜਾ ਗਹਿਰਾ ਤੇ ਤੀਖਣ ਜ਼ਖਮ ਹੋ ਗਿਆ ਜਿਸ ਦੇ ਨਤੀਜੇ ਵਜੋਂ ਦ੍ਰੋਪਦੀ ਨੂੰ ਪਰੀ ਸਭਾ ਵਿੱਚ ਨੰਗਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁਰਸ਼ੇਤਰ ਵਿੱਚ ਮਹਾਭਾਰਤ ਦਾ ਜੰਗ ਹੋਇਆ ਜਿਸ ਭਿਆਨਕ ਲੜਾਈ ਵਿੱਚ ਬੇਅੰਤ ਖਲਕਤ ਮਾਰੀ ਗਈ ਇੱਕ ਬੋਲ ਦੇ ਨਤੀਜੇ ਤੋਂ ਬੇਅੰਤ ਖਲਕਤ ਮਾਰੀ ਗਈ ਅੰਦਰ ਸਬਾ ਦੁਸਾਸਣੈ ਮਥੇਵਾਲ ਦਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਸੋ ਗੁਰਬਾਣੀ ਵਿੱਚ ਫਿੱਕਾ ਬੋਲਣ ਦੀ ਇਉ ਨਿਖੇਦੀ ਅਤੇ ਮਨਾਈ ਕੀਤੀ ਗਈ ਹੈ ਸਾਨੂੰ ਮਨਾ ਕੀਤਾ ਗਿਆ ਹੈ ਕੋੜਾ ਤੇ ਫਿੱਕਾ ਨਹੀਂ ਬੋਲਣਾ ਗੁਰਬਾਣੀ ਵਿੱਚ ਸਾਨੂੰ ਫਿੱਕਾ ਬੋਲਣ ਦੀ ਇਉ ਨਿਖੇਤੀ ਤੇ ਮਨਾਈ ਕੀਤੀ ਗਈ ਹੈ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੀ ਫਿੱਕੀ ਫਕ ਫਕੋ ਫਿੱਕਾ ਸਦੀਐ ਫਿੱਕੇ ਫਿੱਕੀ ਹੋਏ ਫਿੱਕਾ ਦਰਗ ਸਟੀਐ ਮੂੰ ਥੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਇ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਮੰਦਾ ਕਿਸੈ ਨਾ ਆਖੀਏ ਪਰ ਅੱਖਰ ਇਹੋ 부ਜੀਏ ਇੱਕ ਫਿੱਕਾ ਨਾ ਗਲਾਈ ਸਬਨਾ ਮੈਂ ਸੱਚਾ ਤਣੀ ਹਿਆਉ ਨਾ ਕਹੀ ਠਾਏ ਮਾਨਕ ਸਭ ਅਮੋਲ ਵੇ ਸਬਨਾ ਮਨਮਾਨਕ ਠਾਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਏ ਕਹੀ ਦਾ ਜਿਸ ਤਰਾਂ ਕੰਡਾ ਉਸੇ ਵੇਲੇ ਕੱਢ ਦਿੱਤਾ ਜਾਵੇ ਤਾਂ ਉਸ ਕੰਡੇ ਤੋਂ ਉਭਣ ਵਾਲੇ ਦੁੱਖ ਕਲੇਸ਼ ਤੋਂ ਬਚ ਜਾਈਦਾ ਹੈ ਉਸੇ ਤਰ੍ਹਾਂ ਜੇਕਰ ਤਾਨੀਆਂ ਮੇਣਿਆਂ अथवा ਕੋੜੇ ਤਿੱਖਣ ਬੋਲਾਂ ਨੂੰ ਉਸੇ ਵੇਲੇ ਹੋ ਜਾਂ ਕੋਈ ਨਾ ਕਹਿ ਕੇ ਪੁਲਾ ਦਿੱਤਾ ਜਾਵੇ ਤਾਂ ਇਹਨਾਂ ਬੋਲਾਂ ਦਾ ਸਾਡੇ ਹਿਰਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ ਹਾਂਜੀ ਫਿਰ ਦੁਆਰਾ ਦਈਏ ਜੇ ਕਰਤਾ ਨੇ ਮੇਣਿਆ अथवा ਕੋੜੇ ਤਿੱਖਣ ਬੋਲਾਂ ਨੂੰ ਸੁਣ ਕੇ ਉਸੇ ਵੇਲੇ ਚਲੋ ਹੋ ਕੋਈ ਨਾ ਕਹਿ ਕੇ ਭੁਲਾ ਦਿੱਤਾ ਜਾਵੇ ਤਾਂ ਇਨ੍ਹਾਂ ਬੋਲਾਂ ਦਾ ਸਾਡੇ ਹਿਰਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ ਪਰ ਜੇ ਇਨ੍ਹਾਂ ਤਾਣੇ ਮੇੜਿਆਂ ਦੇ ਕਟਾਕਮਈ ਚੁਬਵੇ ਤੀਰਾਂ ਦੀ ਮੁਰਮੁਰ ਯਾਦ ਜਾਂ ਸੰਗਤ ਕੀਤੀ ਜਾਵੇ ਤਾਂ ਇਹ અત્યੰਤ ਮਾਨਸਿਕ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਸਾਡੇ ਤਨ ਮਨ ਹਿਰਦੇ અતੰਤ ਇਸ ਕਰਨ ਵਿੱਚ ਤਸ ਵਸ ਰਸ ਕੇ ਅਗਲੇ ਜਨਮਾਂ ਵਿੱਚ ਵੀ ਰੂਹ ਦੇ ਨਾਲ ਜਾਂਦੇ ਹਨ ਹਾਂਜੀ ਜੇ ਵਸਾਲਿਆ ਕਿਸੇ ਤਾਨੇ ਮੀਣੇ ਨੂੰ ਫਿਰ छुटਕਾਰਾ ਇਸ ਜਨਮ ਤੱਕ ਪਾਸੇ ਅਗਲੇ ਜਨਮਾਂ ਵਿੱਚ ਵੀ ਨਹੀਂ ਹੁੰਦਾ ਇੱਥੇ ਹੀ ਬਸ ਨਹੀਂ ਐਸੇ ਕਟਾਕ ਮਈ ਤੀਖਣ ਬੋਲਾਂ ਨੂੰ ਮਨ ਵਿੱਚ ਘੋਟ ਕੇ ਅਭਿਆਸ ਕਰਦੇ ਆ ਇਹ ਅਖਰ ਰੂਪਮਾਨ ਹੋ ਕੇ ਸਾਖਸ਼ਾਤ ਹੋ ਜਾਂਦੇ ਹਨ ਅਤੇ ਮਾਨਸਿਕ ਭੂਤਪ੍ਰੇਤ ਦੀ ਸ਼ਕਲ ਧਾਰ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਅਤੇ ਉਹਨਾਂ ਕਟਾਕਮਈ ਬੋਲਾਂ ਦੀ ਅਣਹੋਦੀ ਆਵਾਜ਼ ਸਾਡੇ ਸੂਖਮ ਕੰਨਾਂ ਵਿੱਚ ਦਿਨ ਰਾਤ ਗੂੰਜਦੀ ਰਹਿੰਦੀ ਹੈ ਜਿਸ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਹਾਂ ਦੂਜੇ ਲਫ਼ਜ਼ਾਂ ਵਿੱਚ ਅਸੀਂ ਇਹਨਾਂ ਤਾਨੇ ਮੇਣੀਆਂ ਨੂੰ ਮੁੜ-ਮੁੜ ਯਾਦਵਾਰਾ ਕੋਟ-ਕੋਟ ਕੇ ਡਰਾਮਣੇ ਪ੍ਰੇਤਾ ਵਾਂਗ ਰੂਪਮਾਨ ਬਣਾ ਕੇ ਉਹਨਾਂ ਨਾਲ ਦਿਨ ਰਾਤ ਮੇਲਜੋਲ अथवा ਸੰਗ ਕਰਦੇ ਰਹਿੰਦੇ ਹਨ ਅਤੇ ਸੂਖਮ ਤੌਰ ਤੇ ਵਾਦ-ਵਿਵਾਦ ਤੇ ਝਗੜੇ ਕਰਦੇ ਰਹਿੰਦੇ ਹਨ ਆਪਣੇ ਅੰਦਰ ਹੀ ਐਸੀ ਲਗਾਤਾਰ ਕੁਲਜਣਾ ਨਾਲ ਦਿਮਾਗ ਤੇ ਅਤਿਅੰਤ ਭੈੜਾ ਅਸਰ ਹੁੰਦੇ ਹੈ ਜਿਸ ਨਾਲ ਵਹਿਮਾਂ ਦੇ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਅਤੇ ਪਾਗਲ ਵੀ ਹੋ ਜਾਂਦੇ ਹਨ ਐਸੇ ਜੀ ਇਸ ਦੇ ਉਲਟ ਜਦ ਗੁਰ ਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਆਂ ਸਤਸੰਗੀਆਂ ਦੇ ਪਾਸੋਂ ਕਿਸੇ ਗੁਜਰੇ ਹੋਏ ਪਿਆਰੇ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀ ਵਾਲੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ خیਾਲੀ ਸੰਗਤ ਕਰ ਰਹੇ ਹੁੰਦੇ ਹਾਂ ਅਤੇ ਅਸੀਂ ਉਸ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ ਖਿਆਲਾਂ ਦੇ ਰਾਹੀਂ ਹਾਂਜੀ ਜਦ ਅਸੀਂ ਸਤਸੰਗੀਆਂ ਪਾਸੋਂ ਕਿਸੇ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀ ਵਾਲੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਹਾਂ ਤੇ ਅਸੀਂ ਉਹਨਾਂ ਦੇ ਉਸ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ ਮੇਲ ਮਿਲਾਪ ਕਰਦੇ ਹਾਂ ਸਤਸੰਗਤ ਕਰਦੇ ਹਾਂ ਸਾਥ ਸੰਗਤ ਕਰਦੇ ਹਾਂ ਲੇਵਾ ਦੇਵੀ ਕਰਦੇ ਹਾਂ ਆਤਮਕ ਲਾਹਾ ਲੈਂਦੇ ਹਾਂ ਆਤਮਿਕ ਵਣਜ ਵਪਾਰ ਕਰਦੇ ਹਾਂ ਪ੍ਰੇਮ ਭਾਵਨਾ ਮਾਣਦੇ ਹਾਂ ਪਰਮ ਰਸ ਪਹੁੰਚਦੇ ਹਾਂ ਸ਼ਰਦਾ ਭਾਵ ਨਹੀਂ ਉਪਜਦੀ ਹੈ ਰਹਸਮਈ ਰੰਗ ਮਾਣਦੇ ਹਾਂ ਪ੍ਰੇਮ ਸੁਪਨਾ ਵਿੱਚ ਉਡਾਰੀਆਂ ਲਾਉਂਦੇ ਹਾਂ ਪ੍ਰੀਤ ਡੋਰੀ ਦੀ ਪਿੰਗ ਛੋੜਦੇ ਹਾਂ ਆਤਮਿਕ ਰਸ ਵਿੱਚ ਅਲਮਸਤ ਮਤਵਾਰੇ ਹੁੰਦੇ ਹਾਂ ਸੁਖ ਸ਼ਾਂਤੀ ਮਾਣਦੇ ਹਾਂ ਜਨਮ ਸਫਲਾ ਕਰਦੇ ਹਾਂ ਜਮ੍ਹਾਂ ਤੋਂ ਬਚਦੇ ਹਾਂ ਆਵਾ ਗਵਨ ਦੇ ਫੇਰ ਤੋਂ ਵਜਦੇ ਹਾਂ ਤੇ ਗੁਰੂ ਦੇ ਚਰਨਾਂ ਵਿੱਚ ਸਮਾਉਂਦੇ ਇਸ ਆਤਮ ਗੁਰਮੁਖ ਅਵਸਥਾ ਵਿੱਚ ਜਦੋਂ ਅਸੀਂ ਮਹਾਪੁਰਖਾਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਹਾਂ ਇਸ ਆਤਮ ਗੁਰਮੁਖ ਅਵਸਥਾ ਵਿੱਚ ਜੇ ਸਾਨੂੰ ਕੋਈ ਬੋਲ ਜਾਂ ਤਾਣਾ ਮੇਣਾ ਵੀ ਮਾਰੇ ਤਾਂ ਉਸ ਨੂੰ ਸਾਡਾ ਮਨ ਨਹੀਂ ਪਕੜਦਾ ਤੇ ਉਹ ਤੋਂ ਦੀ ਲੰਘ ਜਾਂਦਾ ਹੈ ଅਥਵਾ ਸੁਣ ਕੇ ਅਣ ਸੁਣਾ ਹੋ ਜਾਂਦਾ ਹੈ ਐਸੀ ਉੱਚੀ ਸੁੱਚੀ ਅਵਸਥਾ ਨੂੰ ਇਉ ਸਨਮਾਨਿਆ ਗਿਆ ਹੈ ਇੱਕ ਬੋਲ ਵੀ ਖਫ ਤੋਂ ਨਹੀਂ ਸਾਧ ਸੰਗਤ ਸੀਤ ਲਈ ਕੋਈ ਭਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਨੈਣ ਦੀਆਂ ਨੇ ਉਸਤ ਤਾਂ ਕੇ ਲੋਭ ਮੋ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨਾ ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਉਸ ਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਟੰਡੇ ਲਾਗੀ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣਈ ਬੋਲਾ ਇਸ ਗੁਰਮੁਖੀ ਅਵਸਥਾ ਵਿੱਚ ਰਸਨਾ ਤੋਂ ਮਿੱਠੇ ਦਿਲ ਖਿੱਚਵੇਂ ਬੋਲੀ ਨਿਕਲਣਗੇ ਤੇ ਜਿਨ੍ਹਾਂ ਨੂੰ ਸੁਣ ਕੇ ਜਾਂ ਉਹਨਾਂ ਨੂੰ ਯਾਦ ਕਰਕੇ अथवा ਸੰਗਤ ਕਰਕੇ ਹੋਰ ਸਤਸੰਗੀਆਂ ਤੇ ਨਿਕਟਵਰਤੀ ਰੂਹਾਂ ਨੂੰ ਵੀ ਲਾਭ ਮਿਲਦਾ ਹੈ ਗੁਰਮੁਖ ਬੋਲੇ ਸੋ ਥਾਂਏ ਪਾਏ ਮਨਮੁਖ ਕਿਛ ਥਾਂਏ ਨਾ ਪਾਏ ਦੂਜੇ ਲਫ਼ਜ਼ਾਂ ਵਿੱਚ ਪਿਆਰੇ ਮਿੱਠੇ ਸੁਖਾਵੇਂ ਦਿਲ ਖਿੱਚਵੇਂ ਬਚਨਾ ਦੁਆਰਾ ਕਠੋਰ ਮਨੂਰ ਹਿਰਦਿਆਂ ਵਿੱਚ ਵੀ ਪਿਆਰ ਉਪਜਦਾ ਹੈ ਤੇ ਆਤਮਿਕ ਪ੍ਰਸੰਤਾ ਤੇ ਸ਼ਾਂਤੀ ਮਿਲਦੀ ਹੈ ਹਾਂਜੀ ਕਿਤਨਾ ਫਾਇਦਾ ਮਿੱਠੇ ਬਚਨਾ ਦਾ ਦੂਜੇ ਲਫ਼ਜ਼ਾਂ ਵਿੱਚ ਪਿਆਰੇ ਮਿੱਠੇ ਸੁਖਾਵੇਂ ਤੇ ਦਿਲ ਖਿੱਚਵੇਂ ਬਚਨਾ ਦੁਆਰਾ ਕਠੋਰ ਤੇ ਮਨੂਰ ਹਿਰਦਿਆਂ ਵਿੱਚ ਵੀ ਪਿਆਰ ਉਪਜਦਾ ਹੈ ਤੇ ਆਤਮਿਕ ਪ੍ਰਸੰਤਾ ਤੇ ਸ਼ਾਂਤੀ ਮਿਲਦੀ ਹੈ ਇਸੇ ਲਈ ਸਾਨੂੰ ਮਿੱਠੇ ਬਚਨ ਬੋਲਣ ਦਾ ਤਾਕੀਦੀ ਹੁਕਮ ਹੈ ਇੱਕ ਪਾਸੇ ਫਿੱਕਾ ਬੋਲਣ ਤੋਂ ਸਖਤ ਮਨਾਹੀ ਹੈ ਤੇ ਦੂਜੇ ਪਾਸੇ ਮਿੱਠੇ ਬਚਨ ਬੋਲਣ ਦਾ ਤਾਕੀਦੀ ਹੁਕਮ ਹੈ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ੁਰਦਾਰ ਮਿੱਠਾ ਬੋਲੇ ਨਿਮ ਚਲੇ ਸੇਜੇ ਰਵੇ ਪਤਾਰ ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਧਨ ਹਰ ਗੁਣ ਗਾਉ ਨਿਮਣ ਸੋ ਅਖਰ ਕਮਣ ਗੁਣ ਜਿਹਬਾ ਮਣੀਆਂ ਮੰਤ ਏ ਤਰੈ ਪੈਣੇ ਵੇਸ ਕਰ ਤਾ ਵਸ ਆਵੀ ਕੰਤ ਮਧੁਰ ਬਚਨ ਅਲਾਓ ਹੋਮੇ ਤਿਆਗ ਹੈ ਗੁਰਮੁਖ ਮਿੱਠਾ ਬੋਲਣਾ ਜੋ ਬੋਲੇ ਸੋਈ ਜਪਜਾਪੈ ਫਿਰ ਦੁਰਾਦਈਏ ਕਿ ਗੁਰਮੁਖ ਮਿੱਠਾ ਬੋਲਣਾ ਜੋ ਬੋਲੇ ਸੋਈ ਜਪਜਾਪੈ ਮਿੱਠਾ ਬੋਲਣ ਨਿਵ ਚਲਣ ਹੱਥੋਂ ਦੇ ਕਹਿ ਪਲਾ ਮਨਾਵੇ ਬਲਿਹਾਰੀ ਤੇ ਨਾ ਗੁਰਸਿੱਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ ਮਿੱਠਾ ਬੋਲਣ ਨਿਵ ਚਲਣ ਗੁਰਮੁਖ ਭਾਉ ਭਗਤ ਅਰਥਿਓ ਸੁ ਗੁਰਬਾਣੀ ਸਤਗੁਰੂ ਜੀ ਦੇ ਮੁਖਾਰ ਬਿੰਦ ਵਿੱਚੋਂ ਉਚਰੀ ਹੋਈ ਹੈ ਇਹ ਬਾਣੀ अथवा ਬਚਨ ਸਤਗੁਰਾਂ ਦੇ ਰਸਮਈ ਮਿੱਠੇ ਅਤੇ ਪਰਮ ਰਸ ਵਾਲੇ ਆਤਮਿਕ ਹਿਰਦੇ ਦੀਆਂ ਸੂਖਮ ਪ੍ਰੇਮ ਸੁਪਨਾਵਾਂ ਦੀ ਲਖਾਇਕ ਹੈ ਜਿਸ ਕਰਕੇ ਇਸ ਬਾਣੀ ਨੂੰ ਧੁਰ ਕੀ ਬਾਣੀ अथवा ਸਤਗੁਰ ਬਚਨ ਵੀ ਕਿਹਾ ਗਿਆ ਹੈ ਐਸੇ ਇਲਾਹੀ ਬਾਣੀ ਦੇ ਪਾਠ ਕਰਨ ਸਰਵਣ ਕਰਨ ਵਿਚਾਰ ਕਰਨ ਅੰਤਰੀ ਭਾਵ ਮਾਨਣ ਕੀਰਤਨ ਕਰਨ ਸੰਗਤ ਕਰਨ ਰਸ ਲੈਣ ਰੰਗ ਮਾਨਣ ਤੇ ਜਿਉ ਜਾਣਨ ਨਾਲ ਜਗਿਆਸੂ ਬਾਣੀ ਰੂਪ ਹੀ ਹੋ ਜਾਂਦਾ ਹੈ ਅਤੇ ਸਤਿਗੁਰੂ ਜੀ ਦੀ ਸਮੀਪਤਾ ਅਤੇ ਦਰਸ਼ਨਾਂ ਦਾ ਵਡਪਾਗੀ ਬਣਦਾ ਹੈ। ਹਾਂਜੀ ਜੇ ਸਾਡੇ ਮਿੱਠੇ ਬਚਨਾਂ ਦਾ ਕਠੋਰ ਤੇ ਮਨੂਰ ਹਿਰਦਿਆਂ ਦਾ ਵਿੱਚ ਵੀ ਪਿਆਰ ਉਪੋਈਦਾ ਹੈ ਤੇ ਆਤਮਿਕ ਪ੍ਰਸੰਤਾ ਉਪੋਈਦੀ ਹੈ ਤਾਂ ਫਿਰ ਇਹ ਗੁਰਬਾਣੀ ਤਾਂ ਸਤਿਗੁਰੂ ਦੀ ਹਿਰਦੇ ਦੇ ਮਿੱਠੇ ਬਚਨ ਹਨ। ਇਤਦਾ ਇਸਦਾ ਕਿੰਨਾ ਜ਼ਬਰਦਸਤ ਅਸਰ ਹੁੰਦਾ ਹੈ ਫਿਰ ਦੋਰਾ ਦਈਏ। ਕਿ ਗੁਰਬਾਣੀ ਸਤਗੁਰੂ ਜੀ ਦੇ ਮੁਖਾਰਬਿੰਦ ਵਿੱਚੋਂ ਉਚਰੀ ਹੋਈ ਹੈ ਇਹ ਬਾਣੀ अथवा वचन ਸਤਗੁਰਾਂ ਦੇ ਰਸਮਈ ਮਿੱਠੇ ਤੇ ਪਰਮ ਰਸ ਵਾਲੇ ਆਤਮਕ ਹਿਰਦੇ ਦੀਆਂ ਸੂਖਮ ਪ੍ਰੇਮ ਸੁਪਨਾ ਦੀ ਲਖਾਇਕ ਹੈ ਜਿਸ ਕਰਕੇ ਇਸ ਬਾਣੀ ਨੂੰ ਧੁਰ ਕੀ ਬਾਣੀ अथवा ਸਤਗੁਰ ਬਚਨ ਵੀ ਕਿਹਾ ਗਿਆ ਹੈ ਐਸੇ ਇਲਾਹੀ ਬਾਣੀ ਦੇ ਪਾਠ ਕਰਨ ਜਾਂ ਸਰਵਣ ਕਰਨ ਇਹ ਵਿਚਾਰ ਕਰਨ ਜਾਂ ਅੰਤਰੀ ਭਾਵ ਮਾਨਣ ਜਾਂ ਇਸ ਦਾ ਕੀਰਤਨ ਕਰਨ ਇਸ ਦੀ ਸੰਗਤ ਕਰਨ ਇਸ ਦਾ ਰਸ ਲੈਣ ਇਸ ਦਾ ਰੰਗ ਮਾਨਣ ਇਸ ਦਾ ਜੀਵ ਜਾਣਨ ਨਾਲ ਜਗਿਆਸੂ ਆਪ ਹੀ ਬਾਣੀ ਰੂਪ ਹੋ ਜਾਂਦਾ ਹੈ ਅਤੇ ਸਤਿਗੁਰੂ ਜੀ ਦੀ ਸਮੀਪਤਾ ਜਾਂ ਨੇੜਤਾ ਅਤੇ ਦਰਸ਼ਨਾਂ ਦਾ ਵੱਡ ਭਾਗੀ ਬਣਦਾ ਹੈ ਇਸ ਗੁਰਬਾਣੀ ਦਾ ਸੱਚੀ ਬਾਣੀ ਹਰ ਪਾਈ ਹੈ ਹਰ ਸਿਉ ਰਹੇ ਸਮਾਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਮਾਨ ਪਇਆ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ अमृत फल तिन जन को लागे जो बोले अमृत बाता है पूरी गुर की पूरे गुर की पूरी बाणी पूरे लागा पूरे माहे समाणी वाहेगुरु जी का खालसा वाहेगुरु जी की फतेह